ਪੌਦੀ ਠੰਡ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰ ਤੇ ਸੰਘਰਸ਼ ਕਰ ਰਹੇ ਨੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ। ਉੱਥੇ ਹੀ ਕਈ ਕਿਸਾਨ ਸ਼ਹੀਦ ਵੀ ਹੋਏ ਨੇ। ਇਹਨਾਂ ਸ਼ਹੀਦ ਕਿਸਾਨਾਂ ਨੂੰ ਅੰਮ੍ਰਿਤਸਰ ਵਿੱਚ ਨੈਸ਼ਨਲ ਹਿਊਮਨ ਰਾਈਟਸ ਸੰਸਥਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਸੰਸਥਾ ਦੇ ਆਗੂਆਂ ਨੇ ਕਿਹਾ ਹੈ ਕਿ ਜੋ ਆਪਣੀ ਹੋਂਦ ਦੀ ਲੜਾਈ ਲੜਦੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੀ ਸੰਸਥਾ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਟਾ ਚੋੜ ਕੇ ਖੜੀ ਹੈ ਇਸ ਤੋਂ ਇਲਾਵਾ ਉਹਨਾਂ ਨੇ 13 ਜਨਵਰੀ ਨੂੰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਦਾ ਸਮਰਥਨ ਦੇਣ ਦੀ ਗੱਲ ਵੀ ਕੀਤੀ ਹੈ। ਮੇਰਾ ਨਾਮ ਸਪੌਂਸਰਿੰਗ ਲੱਕੀ ਮੈਂ ਨੈਸ਼ਨਲ ਹਿਊਮਰਾਈਡਲੋਂ ਸਾਰੀ ਟੀਮ ਨੇ ਅੱਜ ਜੋ ਕਾਫੀ ਸਮੇਂ ਤੋਂ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਜੋ ਸੰਘਰਸ਼ ਦੇ ਵਿੱਚ ਜਾਨਾਂ ਗਵਾ ਚੁੱਕੇ ਕਿਸਾਨ ਨੇ ਉਹਨਾਂ ਨੂੰ ਅੱਜ ਅਸੀਂ ਆਪਣੀ NGO ਵੱਲੋਂ ਸ਼ਰਧਾਂਜਲੀ ਦਿੱਤੀ ਹੈ। ਅਸੀਂ ਉਹਨਾਂ ਕੈਂਡਲ ਜਗਾ ਕੇ ਔਰ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਕਰੋ। ਅਸੀਂ ਆਸ਼ਾ ਕਰਦੇ ਹਾਂ ਕਿ ਜੋ ਇਹਨਾਂ ਨੇ ਵਾਪਰਿਆ ਉਹ ਗਾਂ ਕਿਸੇ ਹੋਰ ਕਿਸਾਨਾਂ ਨਾਲ ਨਾ ਇਹੋ ਜੀ ਘਟਨਾ ਵਾਪਰੇ। ਦੇਖੋ ਅੱਜ ਮੀਟਿੰਗ ਚੱਲ ਰਹੀ ਆ ਆਸ ਕਰਦੇ ਆਂ ਕਿ ਸ਼ਾਮ ਤੱਕ ਕੋਈ ਨਾ ਕੋਈ ਹਿੱਲਾ ਨਿਕਲ ਆਵੇ ਪਰ ਲੱਗਦਾ ਨਹੀਂ ਹੈ ਕਿ ਕੇਂਦਰ ਸਰਕਾਰ ਮੰਨੂਗੀ ਕਿਸਾਨਾਂ ਦੀ। ਦੇਖੋ ਪ੍ਰੋਟੈਸਟ ਕਰਨਾ ਤੇ ਇੱਕ ਰਾਈਟ ਆ। ਪ੍ਰੋਟੈਸਟ ਦਾ ਇੱਕ ਹੱਕ ਹੈ ਜਿਹੜਾ ਮਰਜ਼ੀ ਕੋਈ ਕਰ ਸਕਦਾ। ਕੀ ਕੱਲ ਦੀ ਸਰਕਾਰ ਕੁਝ ਬਖਲਾਈ ਆ ਉਹਨਾਂ ਦੇ ਬੈਕਫੁੱਟ ਤੇ ਆਈ ਹੁਣ ਇਹ ਹੈ ਕਿ ਈਗੋ ਆ ਜਿਹੜੀ ਉਹ ਖਤਮ ਨਹੀਂ ਕਰ ਰਹੇ ਆਪਣੀ। ਅੱਸੀ ਅੱਜ ਜਿਹੜੇ ਸ਼ਹੀਦ ਹੋਏ ਕਿਸਾਨ ਆ ਜਿਹੜੇ 50 ਦਿਨ ਤੋਂ ਉੱਪਰ ਧਰਨੇ ਤੇ ਬੈਠੇ ਹੋਏ ਆ ਜਿਹੜੇ ਮੋਦੀ ਸਾਹਿਬ ਨੇ ਤਿੰਨ ਬਿਲ ਕਾਲੇ ਕਾਨੂੰਨ ਜਿਹੜੇ ਉਹਨਾਂ ਦੇ ਵਿਰੋਧ ਚ ਜਿਹੜੇ ਕਿਸਾਨ ਸਾਡੇ ਵੀਰ ਭਰਾ ਸ਼ਹੀਦ ਹੋਏ ਉਹਨਾਂ ਦੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੇ ਅੱਜ ਕੈਂਡਲ ਜਗਾ ਕੇ ਔਰ ਫੁੱਲਾਂ ਨੂੰ ਭੇਟ ਕਰਕੇ ਉਹਨਾਂ ਨੂੰ ਸ਼ਰਨ ਅਰਜੀ ਦਿੱਤੀ ਜੀ ਸਰ ਜੂਰ ਨਿਕਲੇਗਾ ਕਿਉਂਕਿ ਸਾਡਾ ਰਾਈਟ ਬੰਦਾ ਅੱਗੇ ਵੀ ਡੈਮੋਕ੍ਰੇਸੀ ਹੈ ਅਸੀਂ ਆਪਣਾ ਹੱਕ ਲੈਣਾ ਜਾਣਦੇ ਆ ਤੁਹਾਨੂੰ ਅੱਗੇ ਵੀ ਪਤਾ ਹੈ ਪੰਜਾਬੀ ਜਿਹੜੇ ਹੈਗੇ ਆਪਣਾ ਹੱਕ ਲੈਣਾ ਜਾਣਦੇ ਆ ਔਰ ਸਾਨੂੰ ਜਲਦੀ ਰੋਸ਼ਨੀ ਮਿਲੇਗੀ ਜੀ ਇਹ ਤੇ ਚੀਜ਼ ਹੈਗੀ ਹੈ ਜੀ ਅਸੀਂ ਉਹ ਉਹਦੇ ਵਾਸਤੇ ਹੀ ਕਿਸਾਨ ਪ੍ਰੋਟੈਸਟ ਤੇ ਬੈਠੇ ਆ ਕਿ ਜਲਦੀ ਤੋਂ ਜਲਦੀ ਇਹ ਚੀਜ਼ ਦਾ ਹੱਲ ਨਿਕਲੇ ਅਸੀਂ ਅੱਜ ਕੈਂਡਲ ਜਗਾ ਕੇ ਔਰ ਫੁੱਲਾਂ ਨੂੰ ਭੇਟ ਕਰਕੇ ਉਹ ਉਸ ਤਰੀਕੇ ਨਾਲ ਅਸੀਂ ਅੱਜ ਇਹਨਾਂ ਨੂੰ ਸ਼ਹਾਦਤ ਜਿਹੜਿਆਂ ਦੀ ਸ਼ਹਾਦਤ ਹੋਈ ਹੈ ਉਹਨਾਂ ਨੂੰ ਅਸੀਂ ਫੁੱਲ ਭੇਟ ਕੀਤੇ ਜੀ ਆਸ ਤੇ ਹੈਗੀ ਹੈ ਜੀ ਗਵਰਨਮੈਂਟ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਥੋੜਾ ਆਪਣਾ ਦਿਨ ਦੀ ਤੇ ਕੰਦੇ ਤੇ ਪਿਆ ਬਾਕੀ ਅੱਗੇ ਦੇਖੋ ਜੀ ਕੀ ਕਹਿੰਦੇ